ਸਤਿ ਸ਼੍ਰੀ ਅਕਾਲ ਜੀ, ਤਾਜ ਫੈਸ਼ਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤਾਜ ਫੈਸ਼ਨ ਵਿੱਚ ਅੱਜ ਮੈਂ ਬਹੁਤ ਹੀ ਸੋਹਣੇ ਸੋਹਣੇ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ। ਬਹੁਤ ਹੀ ਪਿਆਰੀ ਪਿਆਰੀ ਚੀਜ਼ਾਂ ਅਸੀਂ ਲੈ ਕੇ ਆਏ ਹਾਂ, ਜੋ ਕਿ ਸ਼ਿਮਰ ਦੇ ਹੋਣਗੇ, ਹੈਂਡਲੂਮ ਸਿਲਕ ਦੇ ਸੂਟ ਹੋਣਗੇ। ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ, ਬਹੁਤ ਹੀ ਪਿਆਰੀ ਡਿਜ਼ਾਇਨਿੰਗ ਦੇ ਨਾਲ ਬੁਟੀਕ ਸਟਾਈਲ ਦੇ ਸੂਟ ਬਣੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਸੂਟ ਦੇਖੋ ਤੁਸੀਂ, ਡਬਲ ਸ਼ੇਡ ਵਿੱਚ ਸੂਟ ਆ ਜਾਣਾ, ਤੁਹਾਨੂੰ ਮਿਲ ਜਾਣਾ ਡਬਲ ਸ਼ੇਡ ਦੇ ਵਿੱਚ ਸੂਟ। ਦੇਖੋ ਬਹੁਤ ਹੀ ਸੋਹਣੀ ਚੀਜ਼ ਬਣੀ ਹੋਈ ਹੈ, ਠੀਕ ਹੈ ਜੀ। ਇਹ ਹੈਗਾ ਜਿਹੜਾ ਫੈਬਰਿਕ ਹੈਗਾ ਹੈਂਡਲੂਮ ਸਿਲਕ ਦਾ, ਇਹਦੇ ਉੱਤੇ ਤੁਸੀਂ ਸਭ ਤੋਂ ਪਹਿਲਾਂ ਦੇਖੋ ਜਿਹੜਾ ਨੈਕ ਬਣਿਆ ਹੋਇਆ, ਨੈਕ ਦੇ ਉੱਤੇ ਬਹੁਤ ਹੀ ਸੋਹਣੀ ਇੰਬਰਾਇਡਰੀ ਕੀਤੀ ਗਈ ਹੈ, ਹੈਂਡਵਰਕ ਦਾ ਕੰਮ ਕੀਤਾ ਗਿਆ ਅਤੇ ਪੈਚਵਰਕ ਨਾਲ ਕੀਤਾ ਗਿਆ, ਨੋਟਵਰਕ ਦਾ ਕੰਮ ਕੀਤਾ ਗਿਆ। ਇੱਦਾਂ ਦੇਖ ਸਕਦੇ ਹੋ ਸਾਈਡਾਂ 'ਤੇ ਪੈਚਵਰਕ ਦਿੱਤੇ ਹੋਏ ਨੇ ਅਤੇ ਡਬਲ ਸ਼ੇਡ ਦੇ ਵਿੱਚ ਤੁਹਾਨੂੰ ਇਹਦਾ ਘੇਰਾ ਮਿਲ ਜਾਣਾ। ਦੇਖੋ ਬਹੁਤ ਹੀ ਸੋਹਣਾ ਟੈਂਜਰੀਨ ਕਲਰ ਦੇ ਵਿੱਚ ਤੁਹਾਨੂੰ ਆਵਲੀ ਚੀਜ਼, ਡਬਲ ਸ਼ੇਡਡ ਤੁਹਾਨੂੰ ਆਵਲੀ ਚੀਜ਼ ਮਿਲ ਜਾਣੀ, ਬਹੁਤ ਹੀ ਪਿਆਰੀ ਚੀਜ਼। ਨੀਚੇ ਕਟਵਰਕ ਦਾ ਘੇਰਾ ਦਿੱਤਾ ਗਿਆ, ਠੀਕ ਹੈ ਜੀ। ਜਿਹੜਾ ਇਹਦਾ ਤੁਹਾਨੂੰ ਬੈਕ ਮਿਲਣਾ, ਉਹ ਵੀ ਤੁਹਾਨੂੰ ਇੱਦਾਂ ਹੀ ਸੇਮ ਡਬਲ ਸ਼ੇਡ ਦੇ ਵਿੱਚ ਮਿਲ ਜਾਣਾ। ਅਤੇ ਜਿਹੜੇ ਇਹਦੇ ਨਾਲ ਤੁਹਾਨੂੰ ਬੋਟਮ ਮਿਲ ਜਾਣੀ ਹੈ, ਸਿਲਕ ਦੇ ਵਿੱਚ ਬੋਟਮ ਟੈਂਜਰੀਨ ਕਲਰ ਦੀ 3 ਮੀਟਰ ਦੀ ਤੁਹਾਨੂੰ ਬੋਟਮ ਮਿਲ ਜਾਣੀ ਹੈ, ਬਹੁਤ ਹੀ ਸੋਹਣੀ ਚੀਜ਼ ਹੈਗੀ ਹੈ, ਠੀਕ ਹੈ ਜੀ। ਜਿਹੜੇ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲ ਜਾਣਾ ਹੈ, ਉਹ ਵੀ ਬੜਾ ਹੀ ਪਿਆਰਾ ਤੁਹਾਨੂੰ ਦੁਪੱਟਾ ਦਿਖਾਉਂਦੇ ਹਾਂ। ਬਹੁਤ ਸੋਹਣੇ ਸੋਹਣੇ ਦੁਪੱਟੇ ਨਾਲ ਆਏ ਨੇ, ਪਿਓਰ ਚਿਨੋਨ ਸ਼ਿਫੋਨ ਦੇ ਵਿੱਚ ਦੁਪੱਟੇ, ਡਬਲ ਸ਼ੇਡ ਦੇ ਵਿੱਚ ਗ੍ਰੇ ਐਂਡ ਟੈਂਜਰੀਨ ਕਲਰ ਦਾ ਕੰਬੀਨੇਸ਼ਨ ਹੈ। ਅਤੇ ਜਿਹੜੇ ਸਾਈਡਾਂ 'ਤੇ ਨਾ ਬਹੁਤ ਸੋਹਣੇ ਪੈਚਵਰਕ ਦਿੱਤੇ ਗਏ ਨੇ, ਬੜੀ ਪਿਆਰੀ ਚੀਜ਼ ਦਿੱਤੀ ਗਈ ਹੈ। ਅਤੇ ਕਟਵਰਕ ਦਿੱਤਾ ਗਿਆ ਬਹੁਤ ਸੋਹਣਾ, ਮਤਲਬ ਇੱਕ ਕੋਨੇ 'ਤੇ ਇੱਧਰ ਅਤੇ ਇੱਕ ਉੱਧਰਲੇ ਕੋਨੇ 'ਤੇ ਇੰਬਰੋਇਡਰੀ ਦਿੱਤੀ ਗਈ, ਬਹੁਤ ਸੋਹਣੀ ਚੀਜ਼ ਦਿੱਤੀ ਗਈ ਹੈ। ਕਟਵਰਕ ਦਿੱਤਾ ਗਿਆ ਨਾਲ 4 ਸਾਈਡ 'ਤੇ, ਠੀਕ ਹੈ ਜੀ, ਬਹੁਤ ਪਿਆਰੀ ਚੀਜ਼ ਹੈ। ਜਿਹੜੀ ਤੁਹਾਨੂੰ ਉਹਦੀ ਪ੍ਰਾਈਜ਼ ਰੇਂਜ ਮਿਲੇਗੀ, ਉਹ ਮਿਲਣੀ ਬੜੀ ਵਧੀਆ ਦੀ ਰੇਂਜ ਹੈਗੀ ਹੈ, 2990, 2990 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ। ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਹੈ। ਸੇਮ ਚੀਜ਼ ਹੈਗੀ ਹੈ, ਮੈਂ ਤੁਹਾਨੂੰ ਇਹਦੇ ਵਿੱਚ ਦੱਸਦੀ ਹਾਂ ਕਲਰ ਕਿਹੜੇ ਕਿਹੜੇ ਅਵੇਲੇਬਲ ਨੇ, ਜਿੱਦਾਂ ਅਸੀਂ ਖੋਲ੍ਹ ਕੇ ਇਹ ਸੂਟ ਵੀ ਦਿਖਾ ਦਿੰਦੇ ਹਾਂ, ਬਟ ਦੁਪੱਟੇ ਜਿੱਦਾਂ ਡਬਲ ਸ਼ੇਡ ਸੇਮ ਹੀ ਆਉਣਾ। ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਆ ਜਾਣਾ, ਉਹ ਆ ਜਾਣਾ ਪੀਚ ਦੇ ਨਾਲ, ਠੀਕ ਹੈ ਜੀ। ਆ ਦੇਖੋ ਜਿੱਦਾਂ ਪੀਚ ਦਾ ਕੋਂਬੀਨੇਸ਼ਨ ਮੈਂ ਤੁਹਾਨੂੰ ਨੀਚੇ 'ਤੇ ਥੋੜ੍ਹਾ ਥੋੜ੍ਹਾ ਦਿਖਾ ਦਿੰਦੀ ਹਾਂ, ਸ਼ਰਟ ਖੁੱਲ੍ਹ ਜਾਏਗੀ ਜਿੱਦਾਂ, ਆ ਦੇਖੋ ਇੱਦਾਂ ਤੁਹਾਨੂੰ ਡਬਲ ਸ਼ੇਡ ਦੇ ਵਿੱਚ ਆਹ ਵਾਲੀ ਚੀਜ਼ ਮਿਲ ਜਾਣੀ, ਦਿਖਾ ਦਿਓ ਸਾਨੂੰ, ਠੀਕ ਹੈ ਜੀ। ਆਹ ਵਾਲੀ ਚੀਜ਼ ਤੁਹਾਨੂੰ ਜਿਹੜਾ ਉੱਪਰ ਬੇਸ ਸੇਮ ਆਉਣਾ ਸਾਰਿਆਂ ਦਾ ਗ੍ਰੇ ਕਲਰ ਦੇ ਵਿੱਚ, ਅਤੇ ਕੋਂਬੀਨੇਸ਼ਨ ਜਿਹੜਾ ਆਉਣਾ ਨੀਚੇ ਜਿੱਦਾਂ ਆਵਲਾ ਹੈਗਾ, ਬਹੁਤ ਸੋਹਣਾ ਜਿੱਦਾਂ ਔਰੇਂਜ ਔਰੇਂਜ ਕਹਿ ਸਕਦੇ ਹੋ, ਔਰੇਂਜ ਪੀਚ ਕਲਰ ਹੁੰਦਾ ਨਾ, ਉਹ ਵਾਲਾ ਕਲਰ ਐਗਜੈਕਟ ਕਲਰ, ਬਿਲਕੁਲ ਬਹੁਤ ਸੋਹਣਾ ਕਲਰ ਆ ਰਿਹਾ। ਇਹਦੇ ਨਾਲ ਹੀ ਤੁਹਾਨੂੰ ਬੋਟਮ ਦਾ ਫੈਬਰਿਕ ਵੀ 3 ਮੀਟਰ ਦਾ ਮਿਲ ਜਾਣਾ, ਬੜਾ ਪਿਆਰਾ ਪੀਸ ਹੈ, ਔਰੇਂਜ ਪੀਚ ਕਲਰ ਜਿੱਦਾਂ ਹੁੰਦਾ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਪਹਿਲਾ ਕਲਰ ਆ ਗਿਆ ਟੈਂਜਰੀਨ, ਸੈਕਿੰਡ ਆ ਗਿਆ ਔਰੇਂਜ ਪੀਚ ਕਲਰ, ਸੇਮ ਤੁਹਾਨੂੰ ਜਿੱਦਾਂ ਪਹਿਲੇ ਦਾ ਦੁਪੱਟਾ ਦਿਖਾਇਆ ਡਬਲ ਸ਼ੇਡ ਵਿੱਚ, ਉਹੀ ਤੁਹਾਨੂੰ ਦੁਪੱਟਾ ਮਿਲ ਜਾਣਾ। ਅਗਲਾ ਵੀ ਤੁਹਾਨੂੰ ਸੂਟ ਦਿਖਾਉਂਦੇ ਹਾਂ, ਇਹਦੇ 'ਚ 4 ਕਲਰ ਅਵੇਲੇਬਲ ਨੇ, ਆਲ ਇੰਡੀਆ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ ਹੈ। ਸ਼ਰਟ ਇਹ ਵੀ ਖੋਲ੍ਹ ਕੇ ਦਿਖਾ ਦਿੰਦੇ ਹਾਂ, ਬਾਕੀ ਦੁਪੱਟੇ ਜਿੱਦਾਂ ਮੈਂ ਤੁਹਾਨੂੰ ਕਿਹਾ ਡਬਲ ਸ਼ੇਡ 'ਚ ਜਿੱਦਾਂ ਗ੍ਰੇ ਐਂਡ ਜਿਹੜੇ ਜਿਹੜੇ ਸੂਟ ਦੇ ਵਿੱਚ ਇਮਬਰੋ ਘੇਰਾ ਹੈ, ਉਹ ਕਲਰ ਦੇ ਤੁਹਾਨੂੰ ਨਾਲ ਦੁਪੱਟੇ ਮਿਲ ਜਾਣੇ। ਆ ਦੇਖੋ ਇਹ ਵੀ ਦੇਖੋ ਡਬਲ ਸ਼ੇਡ ਦੇ ਵਿੱਚ ਹੈਗਾ ਹੈ ਸੂਟ, ਸੇਮ ਚੀਜ਼ ਆ ਜਾਣੀ ਹੈ। ਬੈਕ ਤੁਹਾਨੂੰ ਸੇਮ ਮਿਲ ਜਾਣੀ ਹੈ, ਬੋਟਮ ਦਾ ਤੁਹਾਨੂੰ ਸੇਮ ਫੈਬਰਿਕ, ਇਹ ਜੈਲੋ ਕਲਰ ਦੇ ਵਿੱਚ ਹੈਗਾ, ਠੀਕ ਹੈ ਜੀ। ਅਗਲਾ ਇੱਕ ਚੌਥਾ ਕਲਰ ਵਿੱਚ ਬੜਾ ਪਿਆਰਾ ਹੈਗਾ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਗਾਜਰੀ ਕਲਰ ਦੇ ਵਿੱਚ ਚੌਥਾ ਕਲਰ ਆ ਜਾਣਾ ਹੈ, ਬੇਸ ਸੇਮ ਆਉਣਾ ਹੈ, ਹੈਂਡਲੂਮ ਸਿਲਕ ਹੈਗੀ ਹੈ, ਬਹੁਤ ਹੀ ਸੋਫਟ ਸਿਲਕ ਹੈਗੀ ਹੈ। ਇਹਨਾਂ ਸਭ ਸੂਟ ਜਿੰਨੇ ਅੱਜ ਦਿਖਾਵਾਂਗੇ, ਸਭ ਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਹੁੰਦੀ, ਲਾਈਨਿੰਗ ਦੀ ਜ਼ਰੂਰਤ ਹੁੰਦੀ, ਠੀਕ ਹੈ ਜੀ। ਇਸ ਕਰਕੇ ਮੈਂ ਪਹਿਲਾਂ ਦੱਸ ਰਹੀ ਹਾਂ ਕਿ ਲਾਈਨਿੰਗ ਜ਼ਰੂਰੀ ਹੈ। ਆਹ ਦੇਖੋ ਬਹੁਤ ਹੀ ਸੋਹਣਾ ਮਜੈਂਟਾ ਗਾਜਰੀ ਸ਼ੇਡ ਜਿਹਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਇਕੱਲਾ ਮਜੈਂਟਾ ਵੀ ਨਹੀਂ ਹੈਗਾ, ਇਕੱਲਾ ਗਾਜਰੀ ਵੀ ਨਹੀਂ ਹੈਗਾ, ਬਹੁਤ ਹੀ ਪਿਆਰਾ ਸ਼ੇਡ ਹੈਗਾ। ਦੇਖੋ ਇੰਬਰਾਇਡਰੀ ਮੈਂ ਤੁਹਾਨੂੰ ਦਿਖਾਤੀ ਹੈ, ਸੇਮ ਇੰਬਰਾਇਡਰੀ ਤੁਹਾਨੂੰ ਮਿਲ ਜਾਣੀ ਸਾਰੇ ਸੂਟਾਂ ਦੇ ਉੱਤੇ, ਪੈਚਵਰਕ ਮਿਲ ਜਾਣਾ, ਬਹੁਤ ਸੋਹਣਾ ਫਰੰਟ ਬੈਕ ਮਿਲ ਜਾਣਾ, ਡਬਲ ਸ਼ੇਡ ਦੇ ਵਿੱਚ ਸੂਟ ਮਿਲ ਜਾਣੇ, ਡਬਲ ਸ਼ੇਡ ਵਿੱਚ ਇੰਬਰਾਇਡਰੀ ਵਾਲੇ ਤੁਹਾਨੂੰ ਦੁਪੱਟੇ ਮਿਲ ਜਾਣੇ ਨੇ। ਪ੍ਰਾਈਜ਼ ਰੇਂਜ ਆ ਜਾਣੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ,
29.90 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਆਲ ਇੰਡੀਆ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਹੋ ਜਾਣੀ ਹੈ। 9464385993 ਤੇ ਤੁਸੀਂ ਮੈਨੂੰ ਕੰਟੈਕਟ ਕਰਕੇ ਆਪਣੇ ਸੇਮ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰ ਸਕਦੇ ਹੋ। ਠੀਕ ਹੈ ਜੀ, ਅਗਲੇ ਵੀ ਸੂਟ ਤੁਹਾਨੂੰ ਬਹੁਤ ਸੋਹਣੇ ਸੋਹਣੇ ਦਿਖਾਉਣ ਜਾ ਰਹੀ ਹਾਂ, ਬਹੁਤ ਪਿਆਰੇ ਪਿਆਰੇ ਸੂਟ ਆਏ ਨੇ ਸਾਡੇ ਕੋਲ। ਜਿਹੜਾ ਹੈਗਾ ਮੈਂ ਤੁਹਾਨੂੰ ਫੋਨ ਨੰਬਰ ਦਿੱਤਾ, ਇਹ ਸੇਮ ਨੰਬਰ ਤੇ ਤੁਸੀਂ ਪੇਮੈਂਟ ਵੀ ਕਰ ਸਕਦੇ ਹੋ। ਅਗਲੇ ਸੂਟ ਵੀ ਬਹੁਤ ਸੋਹਣੇ ਨੇ, ਬੜਾ ਪਿਆਰਾ ਕਲਰ ਦੇਖ ਸਕਦੇ ਹੋ, ਲਾਈਟ ਗੋਲਡਨ ਕਲਰ 'ਚ ਹੈਗਾ ਸੂਟ, ਦੇਖੋ ਬਹੁਤ ਸੋਹਣਾ, ਨਾਲ ਬਲੈਕ ਕਲਰ ਦੀ ਇੰਬਰਾਇਡਰੀ ਦਿੱਤੀ ਗਈ ਹੈ, ਨੇਵੀ ਬਲੂ ਕਲਰ ਦੀ ਇੰਬਰਾਇਡਰੀ, ਖੁੱਲੂ ਪੀਸ, ਬਹੁਤ ਹੀ ਪਿਆਰਾ ਸੂਟ ਹੈਗਾ। ਇਹ ਸਾਡੇ ਕੋਲ ਸੂਟ ਪਹਿਲਾਂ ਵੀ ਆਏ ਸੀ, ਫਿਰ ਦੁਬਾਰਾ ਰਿਪੀਟ ਹੋਏ ਨੇ, ਇਹ ਸ਼ਿਮਰ ਦੇ ਵਿੱਚ ਹੈਗੇ ਨੇ ਸੂਟ, ਬਹੁਤ ਸੋਹਣਾ, ਨੈਕ 'ਤੇ ਵੀ ਇੰਬਰਾਇਡਰੀ ਇਹਦੇ ਨਾਲ ਦਿੱਤੀ ਹੈ, ਘੇਰੇ 'ਤੇ ਵੀ ਦਿੱਤੀ ਗਈ ਹੈ, ਤੁਸੀਂ ਦੇਖ ਸਕਦੇ ਹੋ, ਨੈਕ 'ਤੇ ਇੰਬਰਾਇਡਰੀ ਦਿਖਾ ਦਿੰਦੇ ਹਾਂ ਨੀਚੇ ਕਰ ਤੁਹਾਨੂੰ, ਆਹ ਦੇਖੋ। ਠੀਕ ਹੈ ਜੀ, ਬਹੁਤ ਹੀ ਸੋਹਣਾ ਨੋਟਵਰਕ ਦਾ, ਸਟੋਨ ਦਾ ਐਂਡ ਸਿੱਪੀ ਦਾ ਕੰਮ ਕੀਤਾ ਗਿਆ, ਥਰੈਡ ਵਰਕ ਬਹੁਤ ਹੀ ਪਿਆਰਾ, ਬਲੈਕ ਕਲਰ ਦੇ ਵਿੱਚ ਹੈਗਾ, ਪੋਲਕਾ ਡੋਟ ਵਿੱਚ ਦਿੱਤੇ ਹੋਏ ਨੇ, ਸ਼ਿਮਰ ਫੈਬਰਿਕ ਹੈਗਾ, ਬਹੁਤ ਸੋਹਣਾ ਸ਼ਿਮਰ ਫੈਬਰਿਕ, ਆਹ ਦੇਖੋ ਤੁਸੀਂ ਦੇਖ ਸਕਦੇ ਹੋ, ਬਹੁਤ ਪਿਆਰੀ ਚੀਜ਼ ਹੈ, ਨੀਚੇ ਘੇਰਾ ਵੀ ਬਹੁਤ ਸੋਹਣਾ ਦਿੱਤਾ ਗਿਆ ਹੈ। ਠੀਕ ਹੈ ਜੀ, ਇੱਦਾਂ ਘੇਰਾ ਦਿੱਤਾ ਗਿਆ, ਇਹਦਾ ਬੈਕ ਤੁਹਾਨੂੰ ਇੱਦਾਂ ਹੀ ਮਿਲ ਜਾਣੀ, ਇਹਦੀ ਆਹ ਵਾਲਾ ਬੈਕ 'ਤੇ ਆ ਜਾਣਾ, ਅਤੇ ਪਲੇਨ ਤੁਹਾਨੂੰ ਗੋਲਡਨ ਕਲਰ ਦੇ ਵਿੱਚ ਬੋਟਮ ਦਾ ਫੈਬਰਿਕ ਮਿਲ ਜਾਣਾ। ਦੁਪੱਟਾ ਬਹੁਤ ਹੀ ਪਿਆਰਾ ਹੈ ਇਹਦਾ, ਚਿਨੋਨ ਸ਼ਿਫੋਨ ਦੇ ਵਿੱਚ ਤੁਹਾਨੂੰ ਇਹਦਾ ਦੁਪੱਟਾ ਮਿਲ ਜਾਣਾ। ਠੀਕ ਹੈ ਜੀ, ਤੁਸੀਂ ਦੇਖ ਲਓ, ਬੜੇ ਪਿਆਰੇ ਪਿਆਰੇ ਸੂਟ ਨੇ, ਫੋਰ ਸਾਈਡ 'ਤੇ ਇੱਦਾਂ ਹੀ ਬਹੁਤ ਸੋਹਣਾ ਕੱਟਵਰਕ ਕੀਤਾ ਗਿਆ ਹੈ, ਬਹੁਤ ਪਿਆਰੀ ਚੀਜ਼ ਹੈ, ਪ੍ਰਿੰਟਡ ਹੈਗਾ ਸਾਰਾ ਦੁਪੱਟਾ ਹੀ ਪ੍ਰਿੰਟਡ ਦੇ ਵਿੱਚ, ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ, ਬੜੇ ਪਿਆਰੇ ਸੂਟ ਬਣਦੇ ਨੇ ਇਹਦੇ, ਬਹੁਤ ਸੋਹਣੀ ਚੀਜ਼ ਰੈਡੀ ਹੁੰਦੀ ਹੈ। ਅਸੀਂ ਆਲਰੇਡੀ ਸੂਟ ਇਹਨਾਂ ਦੇ ਤਿਆਰ ਕੀਤੇ ਵੀ ਸੀ, ਇਹ ਦੁਬਾਰਾ ਸਾਡੇ ਕੋਲ ਸਟੋਕ ਆਇਆ, ਮੈਂ ਕਿਹਾ ਇਹਦੀ ਦੁਬਾਰਾ ਵੀਡੀਓ ਬਣਾਉਂਦੇ। ਇਹਦੀ ਜਿਹੜੀ ਪ੍ਰਾਈਸ ਤੁਹਾਨੂੰ ਮਿਲੇਗੀ 34.90, 3490 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ। ਇੱਕ ਆਹ ਕਲਰ ਹੋ ਗਿਆ, ਇੱਕ ਸਾਡੇ ਕੋਲ ਇਸ ਵਕਤ ਦੋ ਕਲਰ ਅਵੇਲੇਬਲ ਨੇ, ਸੈਕਿੰਡ ਜਿਹੜਾ ਕਲਰ ਹੈਗਾ ਹੈ ਬਲੈਕ ਕਲਰ। ਠੀਕ ਹੈ ਜੀ, ਬਲੈਕ ਕਲਰ ਦਾ ਸੈਕਿੰਡ ਹੈਗਾ ਹੈ, ਸੂਟ ਸੇਮ ਆਉਣਾ ਹੈ ਜਿੱਦਾਂ ਮੈਂ ਤੁਹਾਨੂੰ ਦਿਖਾਇਆ, ਤੁਸੀਂ ਦੇਖ ਸਕਦੇ ਹੋ, ਆਹ ਵਾਲੀ ਚੀਜ਼ ਸੇਮ ਹੈ, ਅਤੇ ਨਾਲ ਤੁਹਾਨੂੰ ਦੁਪੱਟਾ ਤੁਹਾਨੂੰ ਮਿਲ ਜਾਣਾ, ਸੇਮ ਡਿਜ਼ਾਇਨ ਸੇਮ ਹੈ, ਸਭ ਕੁਝ ਸੇਮ ਹੈ, ਸਿਰਫ ਕਲਰ ਦਾ ਵੇਰੀਏਸ਼ ਕਲਰ ਦਾ ਫਰਕ ਹੈਗਾ, ਕਿਉਂਕਿ ਇਹ ਬਲੈਕ ਦੇ ਵਿੱਚ ਉਹ ਹੈਗਾ ਗੋਲਡਨ ਕਲਰ 'ਚ, ਇਹ ਦੋ ਕਲਰ ਸਾਡੇ ਕੋਲ ਅਵੇਲੇਬਲ ਨੇ, ਪ੍ਰਾਈਜ਼ ਰੇਂਜ ਤੁਹਾਨੂੰ ਸੇਮ ਮਿਲ ਜਾਣੀ ਹੈ, 34.90, 3490 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ। ਠੀਕ ਹੈ ਜੀ, ਅਗਲੇ ਸੂਟ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ, ਬਹੁਤ ਸੋਹਣੇ ਸੋਹਣੇ ਸੂਟ ਨੇ, ਜਿੰਨੇ ਵੀ ਹੈਗੇ ਨੇ ਬੜੇ ਪਿਆਰੇ ਸੂਟ ਨੇ, ਪਾਰਟੀ ਵੇਅਰ ਸੂਟ ਹੈਗੇ ਨੇ ਸਾਰੇ, ਤੁਸੀਂ ਗੈਟ ਟੂਗੈਦਰ ਵਿੱਚ ਪਾ ਸਕਦੇ ਹੋ, ਜਿੱਥੇ ਮਰਜ਼ੀ ਇਹਨਾਂ ਸੂਟਾਂ ਨੂੰ ਗੁਰਦੁਆਰਾ ਸਾਹਿਬ ਪਾਓ, ਬਹੁਤ ਸੋਹਣੇ ਲੱਗਦੇ ਹੈਗੇ ਨੇ। ਪਿਓਰ ਕਰੇਪ 'ਚ ਸੂਟ ਅਗਲਾ ਆ ਗਿਆ, ਬ੍ਰਾਂਡ ਕਬੀਰ, ਪਹਿਲਾਂ ਜਿਹੜਾ ਬ੍ਰਾਂਡ ਦਿਖਾਏ ਸੀ ਉਹ ਰਾਮਟੈਕਸ 'ਤੇ ਸੀ, ਹੁਣ ਜਿਹੜਾ ਬ੍ਰਾਂਡ ਹੈਗਾ ਕਬੀਰ ਬ੍ਰਾਂਡ ਦੀ। ਤੁਹਾਨੂੰ ਪਤਾ ਜਿਹੜੇ ਬ੍ਰਾਂਡਡ ਚੀਜ਼ਾਂ ਹੁੰਦੀਆਂ ਉਹ ਥੋੜ੍ਹੀ ਜਿਹੀ ਕੋਸਟ ਉਹਨਾਂ ਦੀ ਜ਼ਰੂਰ ਹੁੰਦੀ ਹੈ, ਬਟ ਫੈਬਰਿਕ A1 ਹੁੰਦਾ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ, ਡਿਜੀਟਲ ਪ੍ਰਿੰਟਿੰਗ ਦੇ ਵਿੱਚ ਪੂਰਾ ਫੈਬਰਿਕ ਦਿੱਤਾ ਗਿਆ, ਬਹੁਤ ਸੋਹਣਾ ਲਾਈਟ ਪਿਸਤਾ ਕਲਰ ਦਾ ਸੂਟ ਹੈਗਾ, ਆਹ ਵਾਲਾ ਤੁਸੀਂ ਦੇਖ ਸਕਦੇ ਹੋ, ਸਾਰਾ ਹੀ ਹੈਂਡਵਰਕ ਦਾ ਕੰਮ ਹੈ, ਇਹਦੇ ਉੱਤੇ ਦਬਕੇ ਦਾ ਕੰਮ ਹੈ, ਸਿੱਪੀ ਦਾ ਕੰਮ ਹੈ, ਬਹੁਤ ਸੋਹਣਾ, ਤੁਸੀਂ ਦੇਖ ਸਕਦੇ ਹੋ, ਰੇਸ਼ਮ ਦੇ ਧਾਗੇ ਲੱਗੇ ਹੋਏ, ਘੇਰਾ ਦੇਖੋ ਕਿੰਨਾ ਪਿਆਰਾ, ਸਟੋਨ ਦਾ ਕੰਮ ਬੜਾ ਪਿਆਰਾ ਕੀਤਾ ਗਿਆ, ਅੰਬੀਆਂ ਦਾ ਡਿਜ਼ਾਇਨ ਦਿੱਤਾ ਹੋਇਆ ਹੈ। ਠੀਕ ਹੈ ਜੀ, ਇੱਧਰਲੀ ਸਾਈਡ ਤੋਂ ਤੁਹਾਨੂੰ ਬਾਹਾਂ ਦਾ ਫੈਬਰਿਕ ਮਿਲ ਜਾਣਾ, ਆਹ ਤੁਹਾਨੂੰ ਬਾਹਾਂ ਦਾ ਫੈਬਰਿਕ ਆ ਜਾਣਾ, ਬੈਕ ਤੁਹਾਨੂੰ ਮਿਲ ਜਾਣੀ ਹੈ, ਜਿਹੜੀ ਬੈਕ ਹੁੰਦੀ ਹੈ ਹਮੇਸ਼ਾ ਇੰਬਰਾਇਡਰੀ ਤੋਂ ਬਿਨਾਂ ਹੁੰਦੀ ਹੈ। ਠੀਕ ਹੈ ਜੀ, ਬੈਕ 'ਤੇ ਤੁਹਾਨੂੰ ਆਹ ਵਾਲਾ ਘੇਰਾ ਮਿਲ ਜਾਣਾ। ਠੀਕ ਹੈ ਜੀ, ਅਤੇ ਬਹੁਤ ਸੋਹਣੀ ਨਾਲ ਤੁਹਾਨੂੰ ਕਰੇਪ ਵਿੱਚ ਹੀ ਤੁਹਾਨੂੰ ਪਿਸਤਾ ਗ੍ਰੀਨ ਕਲਰ ਦੀ ਤੁਹਾਨੂੰ ਜਿਹੜੀ ਹੈਗੀ ਹੈ ਬੋਟਮ ਦਾ ਫੈਬਰਿਕ ਮਿਲ ਜਾਣਾ, ਚਾਹੇ ਸਲਵਾਰ ਬਣਾ ਲਓ, ਚਾਹੇ ਤੁਸੀਂ ਇਹਦਾ ਬਲੂਜ਼ ਪਲਾਜ਼ੋ ਪੈਂਟ ਕੁਛ ਵੀ ਬਣਾ ਸਕਦੇ ਹੋ। ਇਹ ਚੀਜ਼ਾਂ ਬਹੁਤ ਪਿਆਰੀਆਂ ਹੈਗੀਆਂ, ਬਹੁਤ ਸੋਹਣੀਆਂ ਲੱਗਦੀਆਂ ਹੈਗੀਆਂ ਨੇ, ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲਣ ਵਾਲਾ ਬਹੁਤ ਹੀ ਸੋਹਣਾ, ਚਿਨੋਜ ਫੋਨ ਦੇ ਵਿੱਚ
ਫੋਰ ਸਾਈਡ ਤੇ ਅੰਬੀਆਂ ਦਾ ਬਾਰਡਰ ਵਿੱਚ ਡਿਜ਼ਾਈਨਿੰਗ ਬੜੀ ਪਿਆਰੀ, ਛੋਟੀ ਛੋਟੀ ਅੰਬੀਆਂ ਵਿੱਚ ਦਿੱਤੀਆਂ ਗਈਆਂ ਨੇ, ਸਾਈਡ ਤੇ ਵੱਡੀਆਂ ਵੱਡੀਆਂ ਅੰਬੀਆਂ, ਬਹੁਤ ਸੋਹਣੇ ਬਾਰਡਰ ਨੇ। ਚਿਨੋਨ ਸ਼ਿਫੋਨ ਦੇ ਦੁਪੱਟੇ ਨੇ, ਇਹ ਬਿਲਕੁਲ ਤਿਲਕਦੇ ਨਹੀਂ ਹੈਗੇ। ਲਾਈਨਿੰਗ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿੰਨੇ ਵੀ ਸੂਟ ਦਿਖਾਵਾਂਗੀ ਸਭ ਨੂੰ ਲਾਈਨਿੰਗ ਲੱਗਣੀ ਹੈ, ਬਹੁਤ ਸੋਹਣੇ ਗ੍ਰੇਸ ਵਾਲੇ ਸੂਟ ਹੈਗੇ, ਠੀਕ ਹੈ ਜੀ। ਜਿਹੜੀ ਇਹਦੀ ਪ੍ਰਾਈਸ ਵੀ ਤੁਹਾਨੂੰ ਮਿਲਣੀ ਹੈ 34.90, 3490 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ। ਆਲ ਇੰਡੀਆ ਤੁਹਾਨੂੰ ਸ਼ਿਪਿੰਗ ਬਿਲਕੁਲ ਫ੍ਰੀ ਮਿਲ ਜਾਣੀ। ਮੈਂ ਤੁਹਾਨੂੰ ਕਲਰ ਦੱਸ ਦਿੰਦੀ ਹਾਂ, ਬਹੁਤ ਪਿਆਰੇ ਪਿਆਰੇ ਕਲਰ ਨੇ। ਇਹ 'ਚ ਸੈਕਿੰਡ ਕਲਰ ਆ ਜਾਣਾ ਫਿਰੋਜ਼ੀ ਕਲਰ, ਐਗਜੈਕਟ ਕਲਰ ਆ ਰਿਹਾ ਹੈ। ਤੀਸਰਾ 'ਚ ਕਲਰ ਆ ਜਾਣਾ ਗ੍ਰੀਨ ਕਲਰ, ਆ ਦੇਖੋ ਬੜਾ ਪਿਆਰਾ ਕਲਰ ਹੈ। ਅਤੇ ਚੌਥਾ ਬਹੁਤ ਸੋਹਣਾ ਅਨੀਅਨ ਸ਼ੇਡ ਆ ਜਾਣਾ। ਇਹ ਚਾਰ ਕਲਰ ਅਵੇਲੇਬਲ ਨੇ, ਪ੍ਰਾਈਜ਼ ਰੇਂਜ ਆ ਜਾਣੀ ਹੈ 34.90, 3490 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ। ਇੱਕ ਵਾਰੀ ਕਲਰ ਚੈੱਕ ਕਰ ਲਓ, ਅਨੀਅਨ ਸ਼ੇਡ, ਸੈਕਿੰਡ ਹੈਗਾ ਪਿਸਤਾ ਗ੍ਰੀਨ ਕਲਰ ਜਿਹੜਾ ਹੁੰਦਾ ਗ੍ਰੀਨ ਕਲਰ, ਇਹ ਹੈਗਾ ਫਿਰੋਜ਼ੀ, ਅਤੇ ਇਹ ਬਿਲਕੁਲ ਲਾਈਟ ਪਿਸਤਾ ਕਲਰ ਜਿਹੜਾ ਹੈਗਾ ਉਹ ਵਾਲਾ ਕਲਰ ਹੈਗਾ, ਠੀਕ ਹੈ ਜੀ। ਬਹੁਤ ਹੀ ਸੋਹਣਾ ਕਲਰ ਹੈ, ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦੀ ਆਹ ਵਾਲਾ ਐਗਜੈਕਟ ਕਲਰ ਹੈਗਾ, ਠੀਕ ਹੈ ਜੀ। ਅਗਲੇ ਸੂਟ ਵੀ ਬਹੁਤ ਹੀ ਪਿਆਰੇ ਨੇ, ਥੋੜ੍ਹੀ ਵੀਡੀਓ ਫਲਿੱਕਰ ਕਰ ਰਹੀ ਕਿਉਂਕਿ ਟੇਬਲ ਦੇ ਉੱਤੇ ਫਲਿੱਕਰ ਕਰ ਰਹੀ, ਨੋਰਮਲ ਵੀਡੀਓ ਆਈ ਥਿੰਕ ਵਧੀਆ ਬਣ ਰਹੀ ਹੈ। ਆਹ ਦੇਖੋ ਇਹ ਵੀ ਬਹੁਤ ਹੀ ਸੋਹਣਾ ਫੈਬਰਿਕ ਆਇਆ, ਪਿਓਰ ਦੇ ਵਿੱਚ ਆਏ ਨੇ ਫੈਬਰਿਕ, ਰਾਮਟੈਕਸ ਦੇ, ਬਹੁਤ ਸੋਹਣੀਆਂ ਚੀਜ਼ਾਂ ਨੇ। ਪਹਿਲਾਂ ਤੁਹਾਨੂੰ ਐਗਜੈਕਟ ਕਲਰ ਦਿਖਾ ਦਿੰਦੀ ਹੈ, ਜੈਲੋ ਕਲਰ ਦਾ ਸੂਟ ਹੈਗਾ, ਬੜਾ ਪਿਆਰਾ, ਖੋਲ੍ਹ ਕੇ ਦਿਖਾ ਦਿਓ। ਸੈਲਫ ਦੇ ਵਿੱਚ ਆਇਆ, ਨਵਾਂ ਫੈਬਰਿਕ ਆਇਆ, ਬਹੁਤ ਹੀ ਪਿਆਰਾ ਫੈਬਰਿਕ ਹੈ, ਬਹੁਤ ਸੋਹਣੀ ਚੀਜ਼ ਹੈ। ਸੈਲਫ ਦੇ ਵਿੱਚ ਕਾਫੀ ਡਿਮਾਂਡ ਸੀ ਇਹ ਚੀਜ਼ਾਂ ਦੀ, ਰਾਮਟੈਕਸ ਨੇ ਹਜੇ ਇੱਕੋ ਸੈੱਟ ਇਹ ਵਾਲਾ, ਮਤਲਬ ਜਿੱਦਾਂ ਡਿਜ਼ਾਈਨਿੰਗ ਇੱਕ ਸੈੱਟ ਦੀ ਬਣ ਕੇ ਆਈ ਹੈ, ਸ਼ਾਇਦ ਮੇ ਬੀ ਅੱਗੋਂ ਹੋਰ ਇਹਨਾਂ ਦੀ ਡਿਮਾਂਡ ਕਾਫੀ ਆਏਗੀ। ਹਜੇ ਤੱਕ ਇੱਕ ਮਤਲਬ ਇੱਕ ਸੈੱਟ ਮਤਲਬ ਇੱਕ ਡਿਜ਼ਾਈਨ ਬਣ ਕੇ ਆਇਆ, ਠੀਕ ਹੈ ਜੀ। ਆਹ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਸੋਹਣਾ ਨੋਟਬੁੱਕ ਦਾ ਕੰਮ ਕੀਤਾ ਗਿਆ ਹੈ, ਸਿੱਪੀ ਦਾ ਕੰਮ ਹੈ, ਰੇਸ਼ਮ ਦੇ ਧਾਗੇ ਬੜੇ ਪਿਆਰੇ ਡਿਜ਼ਾਈਨਰ ਬਣਾ ਬਣਾ ਕੇ ਲਗਾਏ ਹੋਏ ਨੇ, ਬਹੁਤ ਸੋਹਣੀ ਸਟੋਨ ਦਾ ਵੀ ਕੰਮ ਹੈਗਾ ਹੈ। ਇਹ ਸੈਲਫ ਦੇ ਵਿੱਚ ਹੈਗਾ ਫੈਬਰਿਕ ਨਾ, ਬਹੁਤ ਹੀ ਸੋਹਣਾ ਸਿਲਕ ਦੇ ਵਿੱਚ ਹੈਗਾ ਫੈਬਰਿਕ, ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਸਿਲਕ ਦੇ ਵਿੱਚ, ਠੀਕ ਹੈ ਜੀ। ਜੈਲੋ ਕਲਰ ਹੈਗਾ ਇਹਦਾ, ਇਹ ਤੁਹਾਨੂੰ ਫਰੰਟ ਮਿਲ ਜਾਣਾ ਹੈ, ਬ੍ਰਾਂਡ ਹੈਗਾ ਰਾਮਟੈਕਸ, ਬੈਕ ਤੁਹਾਨੂੰ ਇੱਦਾਂ ਮਿਲ ਜਾਣੀ ਹੈ, ਅਤੇ ਇਹਦੇ ਨਾਲ ਜਿਹੜੀ ਪਲੇਨ ਤੁਹਾਨੂੰ ਬੋਟਮ ਮਿਲ ਜਾਣੀ ਹੈ, ਬਹੁਤ ਸੋਹਣੀ ਬੋਟਮ ਵੀ ਹੈ। ਇਹ ਕਲਰ ਤੁਹਾਨੂੰ ਜੈਲੋ, ਪ੍ਰੋਪਰ ਜੈਲੋ ਕਲਰ ਹੈਗਾ, ਬਹੁਤ ਸੋਹਣਾ ਕਲਰ ਹੈ। ਇਹਦੇ ਨਾਲ ਤੁਹਾਨੂੰ ਜਿਹੜਾ ਦੁਪੱਟਾ ਦਿਖਾਉਂਦੇ ਉਹ ਵੀ ਬੜਾ ਪਿਆਰਾ ਹੈ, ਬਹੁਤ ਸੋਹਣਾ ਡਿਜ਼ਾਈਨ ਹੈ। ਸੈਲਫ ਦੇ ਵਿੱਚ ਬੜੀ ਪਿਆਰੀ ਚੀਜ਼ ਬਣੀ ਹੋਈ ਹੈ, ਆਹ ਦੇਖੋ ਥੋੜ੍ਹਾ ਕਲਰ ਵੇਰੀਏਸ਼ਨ ਆਉਂਦਾ ਬਟ ਆਹ ਵਾਲਾ ਕਲਰ ਬਿਲਕੁਲ ਐਗਜੈਕਟ ਹੈਗਾ, ਠੀਕ ਹੈ ਜੀ। ਦੇਖੋ ਦੁਪੱਟਾ ਵੀ ਚਿਨੋਨ ਸ਼ਿਫੋਨ ਦੇ ਵਿੱਚ, ਫੋਰ ਸਾਈਡ 'ਤੇ ਇੱਦਾਂ ਹੀ ਬਾਰਡਰ ਮਿਲ ਜਾਣਾ ਤੁਹਾਨੂੰ, ਪੋਲਕਾ ਡੋਟ ਵਿੱਚ ਆ ਜਾਂਦੇ ਹੈ, ਫੋਰ ਸਾਈਡ 'ਤੇ ਕੋਟਨ ਦੀ ਲੇਸਿਸ ਦਾ ਕੰਮ ਕੀਤਾ ਗਿਆ, ਬਹੁਤ ਸੋਹਣਾ ਕੰਮ ਹੈ, ਠੀਕ ਹੈ ਜੀ। ਆਹ ਦੇਖੋ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ, ਪੂਰਾ ਆਲ ਓਵਰ ਮੈਂ ਤੁਹਾਨੂੰ ਸੂਟ ਦਿਖਾ ਦਿੰਦੀ ਹਾਂ, ਬਹੁਤ ਸੋਹਣਾ ਲੱਗਦਾ ਹੈਗਾ। ਪ੍ਰਾਈਜ਼ ਰੇਂਜ ਜਿਹੜੀ ਆ ਜਾਣੀ ਹੈ 34.90 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਹੈ। ਇਹਦੇ ਵਿੱਚ ਹੀ ਮੈਂ ਤੁਹਾਨੂੰ ਸੈਕਿੰਡ ਕਲਰ ਦਿਖਾ ਦਿੰਦੀ ਹਾਂ, ਇਹ ਆ ਜਾਣਾ ਸੈਕਿੰਡ ਕਲਰ ਬਲੈਕ, ਠੀਕ ਹੈ ਜੀ, ਬਹੁਤ ਪਿਆਰਾ ਸੂਟ ਹੈ ਵੀ। ਅਤੇ ਤੀਸਰਾ ਇੱਥੇ ਤੁਹਾਨੂੰ ਜਿਹੜਾ ਕਲਰ ਮਿਲ ਜਾਣਾ ਉਹ ਮਿਲ ਜਾਣਾ ਕਰੀਮ ਕਲਰ, ਜਿਹੜਾ ਤੀਸਰਾ ਕਲਰ ਮਿਲ ਜਾਣਾ ਉਹ ਹੈਗਾ ਕਰੀਮ ਕਲਰ। ਤਿੰਨੇ ਹੀ ਕਲਰ ਬਹੁਤ ਹੀ ਪਿਆਰੇ ਨੇ, ਬਹੁਤ ਸੋਹਣੇ, ਐਗਜੈਕਟ ਚੀਜ਼ ਇੱਦਾਂ ਹੀ ਹੈਗੀ ਹੈ, ਬਾਕੀ ਤੁਸੀਂ ਸੂਟ ਸੇਮ ਨੇ, ਕਲਰ ਡਿਫਰੈਂਟ ਆ ਨੇ। ਬਹੁਤ ਸੋਹਣਾ ਕਰੀਮ ਕਲਰ, ਬਲੈਕ ਕਲਰ ਐਂਡ ਜੈਲੋ ਕਲਰ। ਪ੍ਰਾਈਜ਼ ਜਿੱਦਾਂ ਤੁਹਾਨੂੰ ਦੱਸੀ 34.90 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਬਹੁਤ ਸੋਹਣੇ। ਅਗਲੇ ਸੂਟ ਵੀ ਬੜੇ ਪਿਆਰੇ, ਉਹ ਵੀ ਦਿਖਾਉਂਦੇ ਹਾਂ, ਬਹੁਤ ਸੋਹਣੇ ਸੋਹਣੇ ਸੂਟ ਆਏ ਨੇ, ਦੇਖ ਸਕਦੇ ਹੋ। ਕੌਫੀ ਕਲਰ ਹੈਗਾ, ਪਹਿਲਾ ਕਲਰ ਹੈਗਾ ਕੌਫੀ ਕਲਰ, ਪਿਓਰ ਔਰਗੈਂਜ਼ਾ ਸਿਲਕ ਦੇ ਵਿੱਚ ਹੈਗਾ, ਖੋਲ੍ਹ ਕੇ ਦਿਖਾ ਦਿਓ। ਪਹਿਲਾਂ ਮੈਂ ਤੁਹਾਨੂੰ ਕਲਰ ਇਸ ਕਰਕੇ ਦਿਖਾਉਂਦੀ ਹਾਂ ਕਿ ਤਾਂ ਕਿ ਤੁਸੀਂ ਦੇਖ ਲਓ ਕਲਰ ਦਾ, ਕਈ ਵਾਰੀ ਬਾਅਦ 'ਚ ਖੁੱਲ੍ਹਣ 'ਤੇ ਵੇਰੀਏਸ਼ਨ ਆ ਜਾਂਦਾ, ਠੀਕ ਹੈ ਜੀ। ਆਹ ਦੇਖੋ ਬਹੁਤ ਸੋਹਣਾ ਲਾਈਨਾਂ ਦੇ ਵਿੱਚ ਸੂਟ ਹੈਗਾ, ਪਿਓਰ ਔਰਗੈਂਜ਼ਾ ਸਿਲਕ ਦਾ ਤੁਹਾਨੂੰ ਇਹ ਸੂਟ ਮਿਲ ਜਾਣਾ, ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਆਹ ਵਾਲੀ ਜਿਹੜੇ ਨੀਚੇ ਜਿਹੜਾ ਕੰਮ ਕੀਤਾ ਗਿਆ ਬੜਾ ਹੀ ਪਿਆਰਾ,
ਫਲਾਵਰ ਰੋਜ਼ਿਸ ਦਿੱਤੇ ਨੇ, ਇਹਦੇ ਉੱਤੇ ਐਮਬਰਾਇਡਰੀ ਕੀਤੀ ਗਈ, ਸਾਰਾ ਹੀ ਹੈਂਡ ਟੱਚ ਦਾ ਕੰਮ ਕੀਤਾ ਗਿਆ, ਇਹਦੇ ਉੱਤੇ ਬਹੁਤ ਸੋਹਣੀ ਚੀਜ਼ ਬਣੀ ਹੈ, ਤੁਸੀਂ ਦੇਖ ਸਕਦੇ ਹੋ, ਬੜੀ ਪਿਆਰੀ ਹੈ। ਇੱਦਾਂ ਹੀ ਤੁਹਾਨੂੰ ਸੇਮ ਬੈਕ ਮਿਲ ਜਾਣੀ ਹੈ, ਪਿਓਰ ਔਰਗੈਂਜ਼ਾ ਸਿਲਕ ਦੇ ਵਿੱਚ ਆ ਜਾਣਾ, ਬੈਕ ਮਿਲ ਜਾਣੀ ਆਹ ਵਾਲੀ ਤੁਹਾਨੂੰ, ਅਤੇ ਆਹ ਵਾਲੀ ਤੁਹਾਨੂੰ ਬਾਹਾਂ ਦਾ ਫੈਬਰਿਕ ਮਿਲ ਜਾਣਾ, ਯਾਨੀ ਕਿ 6 ਮੀਟਰ ਕੱਪੜਾ ਹੈਗਾ, 3 ਸ਼ਰਟ ਅਤੇ 3 ਤੁਹਾਨੂੰ ਬੋਟਮ ਦਾ ਕੱਪੜਾ ਮਿਲ ਜਾਣਾ। ਜਿੰਨਾ ਮਰਜ਼ੀ ਹੈਲਦੀ ਪਰਸਨ ਹੋਵੇ ਉਹਨੂੰ ਆਰਾਮ ਨਾਲ ਚੀਜ਼ਾਂ ਆ ਜਾਣੀਆਂ ਨੇ। ਕੌਫੀ ਕਲਰ ਦਾ ਨਾਲ ਤੁਹਾਨੂੰ ਪਲੇਨ ਆਪਣੇ ਸਿਲਕ ਦੇ ਵਿੱਚ ਤੁਹਾਨੂੰ ਬੋਟਮ ਦਾ ਫੈਬਰਿਕ ਮਿਲ ਜਾਣਾ 3 ਮੀਟਰ ਦਾ। ਐਗਜੈਕਟ ਜਿਹੜਾ ਕੌਫੀ ਕਲਰ ਮੈਂ ਤੁਹਾਨੂੰ ਸਟਾਰਟਿੰਗ 'ਚ ਦਿਖਾਇਆ ਹੋਵੇ, ਥੋੜ੍ਹਾ ਵੇਰੀਏਸ਼ਨ ਆ ਰਿਹਾ। ਜਿਹੜੀ ਇੱਦਾਂ ਪਿੱਛੇ ਬਾਹਾਂ ਹੁੰਦੀਆਂ ਨਾ ਜਿਨ੍ਹਾਂ ਦੀਆਂ ਬਣੀਆਂ, ਯਾਨੀ ਕਿ 6 ਮੀਟਰ ਫੈਬਰਿਕ 'ਚ ਹੁੰਦਾ, ਆ ਸਾਰਾ ਹੀ ਤੁਹਾਡਾ ਘੇਰਾ ਬਣਨਾ। ਜਿੰਨਾ ਮਰਜ਼ੀ ਤੁਸੀਂ ਘੇਰਾ ਬਣਾ ਸਕਦੇ ਹੋ, 36, 37, 38 ਤੱਕ ਘੇਰਾ ਤੁਹਾਡਾ ਬਣ ਸਕਦਾ, ਬੜੇ ਈਜ਼ੀਲੀ ਇਹ ਚੀਜ਼ਾਂ ਬਣਦੀਆਂ ਨੇ। ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲ ਜਾਣਾ ਪਿਓਰ ਔਰਗੈਂਜ਼ਾ ਸਿਲਕ ਦੇ ਵਿੱਚ, ਜਿਹੜੇ ਰਾਮਟੈਕਸ ਦੇ ਜਿਹੜੇ ਬ੍ਰਾਂਡ ਹੁੰਦੇ ਜਿੱਦਾਂ ਕਬੀਰ ਹੋ ਗਿਆ, ਇਹਨਾਂ ਦੇ ਸਾਰੇ ਹੀ ਚੀਜ਼ਾਂ ਓਰਿਜਿਨਲ ਐਂਡ ਪਿਓਰ ਦੀਆਂ ਹੁੰਦੀਆਂ ਹਨ। ਤੁਸੀਂ ਦੇਖ ਸਕਦੇ ਹੋ ਪਿਓਰ ਔਰਗੈਂਜ਼ਾ ਸਿਲਕ ਦੇ ਵਿੱਚ ਦੁਪੱਟਾ ਹੈ, ਬਿਲਕੁਲ ਫਲਾਵਟ ਨਹੀਂ ਹੈਗੀ ਦੁਪੱਟੇ ਦੀ, 4 ਸਾਈਡ 'ਤੇ ਇੱਦਾਂ ਹੀ ਰੋਜ਼ਿਸ ਬਣੇ ਹੋਏ ਨੇ। ਦੁਪੱਟੇ ਦੀ ਤੁਸੀਂ ਲੁੱਕ ਦੇਖੋ ਕਿੰਨੀ ਪਿਆਰੀ ਹੈ, ਬਹੁਤ ਸੋਹਣੇ ਵਿੱਚ ਲਹਿਰੀਆਂ ਦਿੱਤਾ ਗਿਆ, ਲਾਈਨਾਂ ਦਿੱਤੀਆਂ ਗਈਆਂ ਨੇ, 4 ਸਾਈਡ 'ਤੇ ਸਮੋਸਾ ਲੈਸ ਲੱਗੀ ਹੋਈ ਹੈ। ਪ੍ਰਾਈਜ਼ ਰੇਂਜ ਦੇ ਅਕੋਰਡਿੰਗ ਬਹੁਤ ਸੋਹਣਾ ਸੂਟ ਹੈਗਾ ਹੈ, ਪ੍ਰਾਈਜ਼ ਆਣੀ 3490, 3490 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ ਹੈ। ਇਹਦੇ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀ ਹਾਂ, ਇਹਦੇ ਜਿਹੜੇ ਕਲਰ ਹੈਗੇ ਨੇ ਉਹ ਬਹੁਤ ਸੋਹਣੇ ਸੋਹਣੇ ਕਲਰ ਨੇ। ਇਹਦੇ ਵਿੱਚ ਸੈਕਿੰਡ ਕਲਰ ਆ ਜਾਣਾ ਹੈ ਪਰਪਲਿਸ਼ ਕਲਰ, ਜਿਹਨੂੰ ਆਪਾਂ ਵਾਈਨ ਸ਼ੇਡ ਬੋਲਦੇ ਹਾਂ। ਲਾਸਟ ਬਟ ਨਾਟ ਲੀਸਟ ਜਿਹੜਾ ਸੂਟ ਅਗਲਾ, ਬੋਟਲ ਗ੍ਰੀਨ ਕਲਰ, 3 ਕਲਰ ਅਵੇਲੇਬਲ, ਤੁਸੀਂ ਦੇਖ ਸਕਦੇ ਹੋ ਐਗਜੈਕਟ ਕਲਰ ਆ ਰਹੇ ਨੇ। ਜਿਨ੍ਹਾਂ ਜਿਨ੍ਹਾਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ, ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਲਈ ਇੰਨਾ ਹੀ, ਸਤਿ ਸ਼੍ਰੀ ਅਕਾਲ।